ਹਰਿਆਣਾ ਦੇ ਬਾਰਡਰਾਂ ਤੇ ਚੱਲ ਰਿਹਾ ਅੰਦੋਲਨ 41ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਵਾ। ਭਾਜਪਾ ਦੀ ਅੰਦਰ ਦੀ ਘਬਰਾਹਟ ਸਾਹਮਣੇ ਆ ਚੁੱਕੀ ਆ। ਜਿਹੜੇ ਕਹਿੰਦੇ ਸੀ ਇਸ ਵਾਰ 400 ਤੋਂ ਪਾਰ, ਔਰ ਮੈਂ ਕਹਿੰਦਾ ਦੇਸ਼ ਦੇ 140 ਕਰੋੜ ਲੋਕ ਕਹਿੰਦੇ ਭਾਜਪਾ ਨੂੰ ਇਸ ਵਾਰ ਸੱਤਾ ਤੋਂ ਬਾਹਰ ਨਾ ਕਰ ਦੇਣ। ਇਸ ਦੇ ਡਰ ਦੇ ਮਾਰੇ ਹੁਣ ਫਿਲਮੀ ਸਟਾਰਾਂ ਨੂੰ ਟਿਕਟਾਂ ਦੇ ਰਹੇ ਆ। ਅਸੀਂ ਅੱਜ ਲਿਸਟ ਦੇਖੀ ਆ ਜਿਹ 'ਚ ਮੈਡਮ ਕੰਗਣਾ ਰਣੌਤ ਜੀ ਦਾ ਨਾਂ ਆਇਆ ਵਾ, ਜਿਹੜੇ ਮੰਡੀ ਹਿਮਾਚਲ ਤੋਂ ਚੋਣ ਲੜਨਗੇ। ਅਸੀਂ ਤਾਂ ਹਿਮਾਚਲ ਵਾਸੀਆਂ ਨੂੰ ਬਸ ਇਹੀ ਕਹਿਣਾ ਚਾਹਾਂਗੇ ਭਾਈ, ਗੁਰਦਾਸਪੁਰ ਦੇ ਵਿੱਚੋਂ ਸ਼ੰਨੀ ਦਿਓਲ ਜੀ ਇਲੈਕਸ਼ਨ ਲੜੇ ਸੀ, MP ਬਣਾ ਤਾ ਭਾਈ, ਇੱਥੇ ਤਾਂ 5 ਸਾਲ ਹੀ ਲੱਭਾ ਪਈ ਸਾਨੂੰ। ਹੁਣ ਤੁਸੀਂ ਦੇਖ ਲਿਓ ਜਿਹੜੀ ਭਾਜਪਾ ਨੂੰ ਇੰਨਾ ਕੌਨਫੀਡੈਂਸ ਆ, ਪ੍ਰਧਾਨ ਮੰਤਰੀ ਜੀ ਤੁਹਾਨੂੰ ਪਤਾ ਨਾ 400 ਮਿਲ ਜਾਣੀਆਂ, ਫਿਰ ਤੁਹਾਨੂੰ ਫਿਲਮੀ ਸਟਾਰਾਂ ਨੂੰ ਟਿਕਟ ਦੇਣ ਦੀ ਕੀ ਲੋੜ ਹੈਗੀ ਆ? ਤੁਹਾਡੇ ਕੋਲ ਤਾਂ ਵਰਕਰ ਹੀ ਬਹੁਤ ਜ਼ਿਆਦਾ, ਅੰਦਰ ਤੁਹਾਡੀ ਜਿਹੜਾ ਸਭ ਕੁਝ ਭਾਜਪਾ ਦੇ ਅੰਦਰ ਅੱਛਾ ਨਹੀਂ ਹੈਗਾ, ਉਹ ਘਬਰਾਹਟ ਸਾਨੂੰ ਦੀਦੀ ਹੈਗੀ ਆ। ਇਹਦੇ ਨਾਲ ਨਾਲ ਅੰਬਾਲਾ ਮੋੜਾ ਮੰਡੀ ਹਰਿਆਣੇ ਦੇ ਵਿੱਚ ਸ਼ਹੀਦ ਸੁਭਕਰਨ ਸਿੰਘ ਜੀ ਦਾ ਸ਼ਹੀਦੀ ਸਮਾਗਮ ਅਤੇ ਵੱਡੀ ਮਹਾਂਪੰਚਾਇਤ ਕਰ ਰਹੇ ਹਾਂ। ਹਰਿਆਣੇ ਵਾਸੀਆਂ ਨੂੰ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਹੈਗੀ ਹੈ ਇਹਦੇ ਵਿੱਚ। ਔਰ ਇਹਦੇ ਨਾਲ ਦੀ ਨਾਲ ਜਿਵੇਂ ਤੁਸੀਂ ਦੇਖਿਆ ਵੀ ਹੁਣ ਰਾਮਲੀਲਾ ਮੈਦਾਨ 'ਚ ਵੀ ਵੱਡੀ ਰੈਲੀ ਹੋਣੀ ਆ, ਇਕੱਲਾ ਕਿਸਾਨਾਂ ਮਜ਼ਦੂਰਾਂ 'ਤੇ ਹੀ ਦਿੱਲੀ ਪੁਲਿਸ ਨੂੰ ਤਕਲੀਫ ਆ ਵੀ ਇਹ ਨਹੀਂ ਦਿੱਲੀ ਆਉਣੇ ਚਾਹੀਦੇ, ਠੀਕ ਆ ਜੀ। ਬਾਕੀ ਤਾਂ ਫਿਰ ਜਿਹੜਾ ਮਰਜ਼ੀ ਦਿੱਲੀ ਆਵੇ, ਜਿਹੜਾ ਮਰਜ਼ੀ ਦਿੱਲੀ ਜਾਵੇ, ਹੁਣ ਦਿੱਲੀ ਨੂੰ ਕੋਈ ਖਤਰਾ ਨਹੀਂ ਹੈਗਾ। ਔਰ ਇਹ ਤੋਂ ਗਾਹਾਂ ਵਿਰੋਧੀ ਧਿਰ ਜਿਵੇਂ ਭਾਜਪਾ ਕੋਲੋਂ ਡਰ ਰਹੀ ਆ, ਜਿਵੇਂ ED ਕੋਲ ਡਰਦੇ ਨੇ, ਜਿਵੇਂ ਇਹ CBI ਕੋਲ ਡਰਦੇ ਨੇ, ਇਹ ਦੇਸ਼ ਦੇ ਕਿਸਾਨ ਮਜ਼ਦੂਰ ਆ ਪ੍ਰਧਾਨ ਮੰਤਰੀ ਜੀ, ਇਹ ਡਰਨ ਵਾਲੇ ਨਹੀਂ ਹੈ। ਔਰ ਇਹ ਉਦੋਂ ਤੱਕ ਸੰਘਰਸ਼ ਕਰਦੇ ਰਹਿਣਗੇ ਜਦੋਂ ਤੱਕ ਇਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਵਿਰੋਧੀ ਧਿਰ ਜਦੋਂ ਵੀ ਪ੍ਰੋਗਰਾਮ ਰੱਖਣ, ਉਹ ਕਿਸਾਨਾਂ ਮਜ਼ਦੂਰਾਂ ਨਾਲ ਟਕਰਾਵੀਆਂ ਡੇਟਾਂ ਵਿੱਚ ਨਾ ਰੱਖਣ, ਜੋ ਕਹਿੰਦੇ ਅਸੀਂ ਕਿਸਾਨਾਂ ਮਜ਼ਦੂਰਾਂ ਦੀ ਹਮਾਇਤ ਕਰ ਰਹੇ ਹੈਗੇ ਹਾਂ, ਤਾਂ ਇਹ ਧਿਆਨ ਵਿੱਚ ਰੱਖਿਆ ਜਾਏ। ਔਰ ਖਾਲਸੇ ਨੂੰ ਜਿਹੜਾ ਹੋਲੇ ਮਹੱਲੇ 'ਤੇ ਬਹੁਤ ਬਹੁਤ ਵਧਾਈ ਹੋਵੇ ਚੜ੍ਹਦੀ ਕਲਾ ਰਹੇ। ਔਰ ਦੂਜੀ ਬੇਨਤੀ ਆ ਵੀ ਹੋਲੇ ਮਹੱਲੇ ਤੋਂ ਵਿਹਲੇ ਹੋ ਕੇ ਬਾਰਡਰਾਂ 'ਤੇ ਜ਼ਰੂਰ ਪਹੁੰਚਿਓ। ਔਰ ਹੋਲੀ ਦੀ ਵੀ ਦੇਸ਼ ਵਾਸੀਆਂ ਨੂੰ ਵਧਾਈ।